ਉਹਨਾਂ ਨੂੰ ਖਰਚੇ ਦਾ ਕਿੰਨਾ ਕ ਫਰਕ ਨਹੀਂ ਖਰਚਾ ਭਾਜੀ ਉਦੋਂ-ਉਦੋਂ ਦਾ ਫਰਕ ਆ ਖਰਚੇ ਹਿਸਾਬ ਨਾਲ ਜਿੰਨੇ ਕ ਏਰੀਆ ਏਰੀਆ ਦੇ ਹਿਸਾਬ ਨਾਲ ਆਪਾਂ ਉਹ ਹੀ ਸਾਡੀ ਡਿਜ਼ਾਈਨ ਬਣਾ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸੋਹਣੀ ਇੱਕ ਵੀਡੀਓ ਲੈ ਕੇ ਆਏ ਅੱਜ ਜਿਵੇਂ ਅਕਸਰ ਆਪਾਂ ਟੈਲਾਂ ਵਾਲੀ ਫਰਸ਼ ਜਾਂ ਮਾਰਬਲ ਤੁਹਾਨੂੰ ਦਿਖਾਉਣੇ ਰਹੇ ਨੇ ਪਰ ਜਿਹੜੀ ਚੀਜ਼ ਅੱਜ ਲੈ ਕੇ ਆਨਾ ਇੱਕ ਤਾਂ ਵਿਰਸੇ ਨਾਲ ਜਰੂਰ ਜੋੜਦੀ ਆ ਤੇ ਇੱਕ ਇੰਨੀ ਕੁ ਡਿਫਰੈਂਟ ਹੈ ਤੁਸੀਂ ਉੱਪਰ ਦੇਖ ਹੀ ਰਹੇ ਹੋਵੋਗੇ ਬਹੁਤ ਸੋਹਣੇ ਬਾਈ ਨੇ ਡਿਜ਼ਾਈਨ ਬਣਾਏ ਨੇ ਤੇ ਅੱਗੇ ਜ਼ਿਆਦਾ ਮੈਂ ਸਮਝ ਨਹੀਂ ਲੈਂਦਾ ਬਾਈ ਨਾਲ ਤੋਂ ਗੱਲਬਾਤ ਕਰਾਂਗੇ ਤੇ ਬਾਈ ਬਾਈ ਜੀ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਾਂ ਕਿਹੜੇ ਪਿੰਡ ਖੜੇ ਹਾਂ ਹਾਂਜੀ ਮੇਰਾ ਨਾਮ ਸਰਬਜੀਤ ਸਿੰਘ ਆ ਵੀਰੇ ਪਿੰਡ ਤੋਲਾਵਾਲਾ ਸਮਰੂਹ ਜ਼ਿਲ੍ਹੇ ਚ ਜੀ ਤੇ ਅਸੀਂ ਰਾਜਸਥਾਨ ਖੜੇ ਆ ਪਿੰਡੀ ਦੀ ਲਾਗੀ ਜੀ ਬਾਈ ਹਾਂਜੀ ਬਾਈ ਜੀ ਕਿੰਨਾ ਕ ਟਾਈਮ ਹੋ ਗਿਆ ਇਹ ਤੁਹਾਨੂੰ ਕੰਮ ਕਰਦਿਆਂ ਨੂੰ ਤੇ ਇਹੀ ਕੰਮ ਕਰਦੇ ਆ ਆਪਣਾ ਖਾਸ ਖਾਸ ਹਾਂਜੀ ਹਾਂਜੀ ਵੀਰ ਜੀ ਹੁਣ ਇਹੀ ਕੰਮ ਜਾਦੇ ਹੋ ਰਿਹਾਗਾ ਤੇ 6 ਮਹੀਨੇ ਹੋ ਗਿਆ ਕੰਮ ਕਰਦਿਆਂ ਠੀਕ ਹੈ ਜੀ ਮਤਲਬ ਮੈਨੂੰ ਆ ਕਾਫੀ ਮੈਸੇਜ ਆਉਂਦੇ ਹੁੰਦੇ ਸੀ ਬਾਈ ਕਿਉਂਕਿ ਇਹ ਜ਼ਿਆਦਾਤਰ ਨਾ ਪਾਕਿਸਤਾਨ ਚ ਕੰਮ ਚੱਲਦਾ ਹੈ ਉੱਥੋਂ ਮੈਨੂੰ ਸਕਰੀਨਸ਼ਾਟ ਆਏ ਨੇ ਬਾਈ ਯਾਰ ਆ ਮਿਸਤਰੀ ਲੱਭ ਕੇ ਦੇ ਕਿ ਅੱਜ ਸਾਨੂੰ ਅਸੀਂ ਲੱਭ ਲਿਆ ਅੱਜ ਕਹਿੰਦਾ ਨਾ ਫੜ ਲਿਆ ਬਾਈ ਤੇ ਦਰਸ਼ਕਾਂ ਦੇ ਮੂਹਰੇ ਲੈ ਕੇ ਆਏ ਆ ਤੇ ਕਿਉਂਕਿ ਬਾਈ ਇਹ ਚੀਜ਼ਾਂ ਨਾ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਡਾਟ ਵਗੈਰਾ ਚ ਤਾਂ ਡਿਜ਼ਾਈਨ ਆਪਾਂ ਦੇਖ ਲੈਣੇ ਆ ਕਾਫੀ ਮਿਸਤਰੀ ਕੰਮ ਕਰਦੇ ਆ ਪਰ ਇਹ ਮਤਲਬ ਤੁਸੀਂ ਪੰਜਾਬ ਦੇ ਮਤਲਬ ਪਹਿਲੇ ਮਿਸਤਰੀ ਹੋਵੋਗੇ ਹਾਂਜੀ ਹਾਂਜੀ ਭਾਜੀ ਇੱਧਰ ਰਾਜਧਾਨਾ ਆਇਆ ਸੀਗਾ ਤੇ ਇੰਨਾ ਭਾਈ ਇੰਨਾ ਗੱਲ ਹੋਈ ਆ ਤੇ ਉਹ ਵੀ ਕਹਿ ਰਹੇ ਆਗੇ ਯਾਰ ਵੀ ਐਸਾ ਪਹਿਲੀ ਵਾਰ ਦੇਖਿਆ ਹੈ ਇਹ ਚੀਜ਼ ਜੀ ਤੇ ਹਾਂਜੀ ਤੇ ਠੇਕੇਦਾਰ ਭਾਜੀ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਆਪਣੇ ਲਾਗੇ ਲਾਉਣੇ ਹੈ ਨਹੀਂ ਨੀ ਕਿਤੇ ਸੰਗਰੂਰ ਜ਼ਿਲ੍ਹੇ ਚ ਵੀ ਨਹੀਂ ਸੀ ਠੀਕ ਹੈ ਭਾਈ ਜੀ ਹਾਂਜੀ ਤੇ ਭਾਈ ਜੀ ਵਧੀਆ ਕੰਮ ਆ ਤੁਹਾਡਾ ਦੇਖ ਕੇ ਸ਼ਾਂਤੀ ਆਉਂਦੀ ਮਨ ਨੂੰ ਤੇ ਹੁਣ ਆਪਾਂ ਗੱਲਬਾਤ ਕਰੀਏ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਇਹਦਾ ਮਤਲਬ ਡਿਜ਼ਾਈਨ ਤੁਸੀਂ ਆਪਦੇ ਹਿਸਾਬ ਨਾਲ ਬਣਾਉਣੇ ਜਾਂ ਮਤਲਬ ਕੋਈ ਡਿਜ਼ਾਈਨ ਦੇਖ ਕੇ ਹਾਂ ਨਹੀਂ ਨਹੀਂ ਭਾਜੀ ਆਪਦੇ ਹਿਸਾਬ ਨਾਲ ਜਿੰਨੇ ਕ ਏਰੀਆ ਏਰੀਆ ਦੇ ਹਿਸ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਟ ਕਿਹੜੀ ਲੱਗਦੀ ਹੈ ਭਈ ਇਹ ਚ ਕੋਈ ਵੀ ਲਾ ਸਕਦੇ ਆ ਜਾਂ ਹਾਂ ਇੱਟ ਭਾਜੀ ਨੋਰਮਲ ਵੀ ਲੱਗ ਸਕਦੀ ਹੈ ਇਹ ਹੁਣ ਮਸ਼ੀਨੀ ਤਿਆਰ ਕੀਤੀ ਹੋਈ ਹੈ ਜੀ ਇੱਟ ਹਾਂ ਇਹ ਥੋੜੀ ਜੀ ਪੱਕੀ ਹੁੰਦੀ ਹੈਗੇ ਤੇ ਆਪਾਂ ਨੋਰਮਲ ਜੇ ਆਪਾਂ ਸੱਤਾਂ ਦੇ ਲਗਾਉਣੇ ਆ ਤਾਂ ਨੋਰਮਲ ਇੱਟ ਚੱਲ ਸਕਦੀ ਹੈ ਜੀ ਹਾਂਜੀ ਪਰ ਮੇਨ ਗੱਲ ਇਹ ਜਿਹੜੀ ਮਸ਼ੀਨੀ ਇੱਟਾ ਪੱਕੀ ਇਹਦੇ ਥੋੜੀ ਸਪਾਈ ਜ਼ਿਆਦਾ ਆਉਂਦੀ ਹੈ ਸਫਾਈ ਆਉਂਦੀ ਹੈ ਭਾਜੀ ਇਹ ਵਿੱਚ ਜਿੱਦਾਂ ਆਪਾਂ ਰਗੜਾਈ ਕਰਵਾ ਦਨੇ ਕਈ ਆਪਾਂ ਨੋਰਮਲ ਇੱਟ ਹੁੰਦੀ ਹੈ ਜਿਹੜੀ ਮੋਟੀ ਇੱਟ ਹੁੰਦੀ ਹੈ ਜੀ 340 ਜੀ ਤੇ ਉਹਨਾਂ ਜਦੋਂ ਆਪਾਂ ਰਗ ਤੇ ਉਹ ਚੀਜ਼ ਨਹੀਂ ਇਹਦੇ ਵਿੱਚ ਆਉਂਦੀ ਹੈ ਜਮ ਬਿਲਕੁਲ ਠੋਸ ਆ ਪੱਕੀ ਹਟਾ ਕੰਟੇ ਬਿੰਦੀਆਂ ਜਾਂ ਆਉਣੀਆਂ ਜਾਂ ਕੁਝ ਵੀ ਆ ਜਾਂਦਾ ਹੈ ਨਾ ਤੇ ਸਾਰੀ ਬਈ ਇੱਕੋ ਇੱਟ ਵਰਤੀ ਹੈ ਨਾ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਨਾ ਦਰਸ਼ਕਾਂ ਨੂੰ ਦੱਸਦੀ ਆਪਾਂ ਕੀ ਕੀ ਸਿਸਟਮ ਕੀਤਾ ਜਮ ਇਹ ਟੁਕੜੇ ਭਲਾ ਦੇ ਦਿੱਟ ਕਰਕੇ ਲਾਏ ਹੋਏ ਹੈ ਨਾ ਫਿਰ ਇਹ ਤਿੰਨ ਟੋਟੇ ਕੀਤੇ ਨੇ ਹਾਂ ਜੀ ਨਹੀਂ ਭਾਜੀ ਇਹ ਨਾ ਹੁੰਦਾ ਕੋਈ ਵੀ ਇੱਟ ਵਿੱਚ ਬਾਈ ਕਹਿ ਦਿੰਦੇ ਆ ਯਾਰ ਵੀ ਇੱਟ ਬਾਹਲੀ ਵੇਸਟ ਜਾਂਦੀ ਆ ਇਹ ਜਿੱਦਾਂ ਹੁਣ ਇਹ ਆਪਣੀ ਇੱਟ ਪੂਰੀ ਦੀ ਪੂਰੀ ਸੀ ਸਾਫ਼ ਇੱਟ ਸੀਗੀ ਠੀਕ ਆ ਜੀ ਤੇ ਇਹ ਮੰਨ ਲਓ ਵੀ ਇਹ ਤਾਂ ਕੋਨਾ ਕਟਿਆ ਸੀ ਇਦਾਂ ਅੱਛਾ ਜੀ ਹਾਂਜੀ ਇਹ ਜਿਹੜੀ ਇਹ ਆਪਣੀ ਇਹ ਦੇਖੋ ਮਤਲਬ ਤੁਸੀਂ ਇੱਕ ਕੋਟ ਦਾ ਜਿਹੜੇ ਜਿਹੜੇ ਕੋਨੇ ਕੱਟੇ ਉਹ ਵੀ ਇੱਥੇ ਵਰਤੇ ਹੋਏ ਹਾਂਜੀ ਹਾਂਜੀ ਉਹ ਵੀ ਵਰਤੇ ਆ ਕੋਈ ਮੰਨ ਲਓ ਵੀ ਵੇਸਟ ਨਹੀਂ ਜਾਂਦੀ ਠੀਕ ਆ ਠੀਕ ਆ ਬਾਈ ਤੇ ਭਾਈ ਇਹ ਸਿੰਪਲ ਜਿਵੇਂ ਆਪਾਂ ਟੈਲਾਂ ਲਾ ਦਨੇ ਆ ਇਹ ਉਸੇ ਤਰੀ ਲਾਏ ਹੋਏ ਆ ਜਾਂ ਥੱਲੇ ਨਹੀਂ ਨਹੀਂ ਮਸਾਲੇ ਚ ਲੱਗੀਆਂ ਆਈਆਂ ਮਸਾਲੇ ਚ ਲੱਗੀਆਂ ਮਤਲਬ ਜੇ ਮੈਂ ਦੇਖ ਰਿਹਾ ਨਾ ਹਲਦੀ ਨਹੀਂ ਚੱਕਣੀ ਹਲਦੀ ਨਹੀਂ ਕਿੱਦੋਂ ਕੋਈ ਚ ਨਹੀਂ ਇਹ ਮਿੱਟੀ ਚ ਵੀ ਲੱਗ ਜਾਂਦੇ ਭਾਈ ਇਹਨਾਂ ਨੇ ਪਹਿਲਾਂ ਫਰਸ਼ ਲਾਇਆ ਸੀਗਾ ਨੀਚੇ ਤੇ ਉਹਦੇ ਉੱਪਰ ਤਾਂ ਕਰਕੇ ਮਸਾਲੇ ਚ ਲਾਉਣਾ ਪੈ ਗਿਆ ਮਤਲਬ ਬਾਈ ਉਹਨਾਂ ਨੂੰ ਡਿਜ਼ਾਈਨ ਪਸੰਦ ਆਈ ਵੀ ਲਾਉਣੀ ਤੇ ਹਾਂਜੀ ਹਾਂਜੀ ਠੀਕ ਹੈ ਜੀ ਬਹੁਤੇ ਜਨ ਇਹਦਾ ਅੱਗੇ ਵੀ ਮੈਸੇਜ ਬਹੁਤ ਆ ਰਿਹਾ ਬਾਈ ਯਾਰ ਕਿੱਦਾਂ ਕਰ ਲੈਣਾ ਕਿ ਇਦਾਂ ਕਿ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਭਾਈ ਕਿੰਨੇ ਕੇ ਇਹ ਏਰੀਆ ਸਕਰ ਫ ਲੱਗਦਾ ਵੀ ਇਹਨੂੰ ਇਹ ਤੇ ਇਹ ਕੰਮ ਬਰੀਕੇ ਭਾਜੀ ਸਾਨੂੰ ਲੱਗ ਗਏ 12 12 13 ਦਿਨ ਹੋ ਗਏ ਅੱਜ 12 13 ਦਿਨ ਹਾਂਜੀ ਕੱਲੀ ਕਰਦੇ ਹੋ ਜਾਂ ਨਾਲ ਵੀ ਟੀਮ ਹੈਗੀ ਆ ਬਈ ਆਪਣੀ ਹਾਂ ਭਾਜੀ ਇੱਕ ਤਰਨ ਤਰਨ ਚੱਲ ਰਿਹਾ ਕੰਮ ਜੀ ਆਪਣਾ ਠੀਕ ਹੈ ਜੀ ਹਾਂਜੀ ਤੇ ਬਈ ਇੱਕ ਹੁਣ ਗੱਲ ਕਰੀ ਆਪਾਂ ਦਰਸ਼ਕਾਂ ਦਾ ਸਵਾਲ ਵੀ ਉਹ ਨਾਲ-ਨਾਲ ਸਾਰਾ ਦਿਖਾ ਦਈਏ ਆਜੋ ਬਈ ਜੀ ਨੇੜੇ ਤੇ ਨਾਲ-ਨਾਲ ਤੁਸੀਂ ਡਿਜ਼ਾਈਨ ਦਿਖਾ ਦਿਓ ਭਾਈ ਨਾ ਮੈਂ ਗੱਲਬਾਤ ਕਰਦਾ ਬਈ ਜਿਵੇਂ ਹੁਣ ਲੋਕ ਟਾਈਲ ਆ ਗਈ ਜਾਂ ਆਪਣੀ ਆਮ ਫਰਸ਼ ਜਿਹੜੀ ਆਪਾਂ ਮਾਰਬਲ ਲਾਉਣੇ ਆ। ਹਾਂਜੀ ਹਾਂਜੀ। ਉਹਨਾਂ ਨਾਲੋਂ ਖਰਚੇ ਦਾ ਕਿੰਨਾ ਕੁ ਫਰਕ ਪੈਂਦਾ? ਨਹੀਂ ਖਰਚਾ ਭਾਜੀ ਉਦੋਂ-ਉਦੋਂ ਦਾ ਫਰਕ ਆ ਖਰਚੇ ਦਾ। ਪਹਿਲੀ ਗੱਲ ਤਾਂ ਜਿੱਦਾਂ ਆਪਾਂ ਲੋਕ ਟਾਈਲ ਵਗੈਰਾ ਲਾਉਣੇ ਆ ਜੀ ਉਹ ਆਪਾਂ ਸੰਭਰਦੇ ਆ ਉਹਦੇ ਵਿੱਚੋਂ ਪਹਿਲੀ ਗੱਲ ਰੇਤਾ ਨਹੀਂ ਜਾਂਦਾ ਜੀ। ਠੀਕ ਹੈ ਜੀ। ਹਾਂ ਦੂਜੀ ਗੱਲ ਧੁੱਪ ਦੇ ਵਿੱਚ ਉਹ ਗਰਮ ਹੁੰਦੀ ਆ ਆਪਾਂ ਪੱਥਰ ਲਾਉਣੇ ਆ ਉਹ ਵੀ ਗਰਮ ਹੁੰਦਾ ਜੀ। ਇਹ ਠੰਡੀ ਰਹਿੰਦੀ ਆ ਜੀ ਹਰ ਟਾਈਮ। ਠੀਕ ਹੈ। ਨਾਲੇ ਕੋਈ ਇਹ ਨਹੀਂ ਵੀ ਹਾਂ ਚਲ ਕੋਹਰ ਪੈਣਾ ਪਾਣੀ ਨਾਲ ਜਾਂ ਉੱਧਰ ਆਗਾ। ਜੀ। ਚੀਜ਼ ਵਧੀਆ ਲੁੱਕਣ ਵਾਲੇ ਦੇਖਣ ਨੂੰ ਵੀ ਵਧੀਆ ਲੱਗਦੀ ਆ ਬਾ ਇਹ ਸਾਰਾ ਵੀ ਉਹਦੇ ਨਾਲ ਕੱਟਰ ਜੇ ਨਾ ਕੱਢਦੇ ਹਾਂ 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 ਕੱਟਰ ਨਾਲ ਭਾਜੀ ਵੱਡੇ ਕੱਟਰ ਨਾਲ ਕੱਢਦੇ ਆ ਠੀਕ ਹੈ ਜੀ ਇਹ ਭਾਜੀ ਜਿੱਦਾਂ ਆਪਣਾ ਉਹ ਵੱਡਾ ਫੁੱਲ ਬਣਿਆ ਉਹ ਆਪਾਂ ਉਹਦੇ ਹਿਸਾਬ ਨਾਲ ਹੀ ਚੌਥਾ ਹਿੱਸਾ ਬਣਾ ਦਨੇ ਆ ਠੀਕ ਹੈ ਜੀ ਇਹ ਚ ਭਾਈ ਕੋਈ ਵੀ ਅਸੀਂ ਡਿਜ਼ਾਈਨ ਲਿਆਦੀ ਮੰਨ ਲਓ ਕੋਈ ਦਰਸ਼ਕ ਵੀਰ ਬਣਵਾਉਣਾ ਚਾਹੁੰਦਾ ਹੈ ਵੀ ਭਾਈ ਮੈਨੂੰ ਆਹ ਡਿਜ਼ਾਈਨ ਚਾਹੀਦਾ ਉਹ ਵੀ ਬਣਾ ਦੋ ਜਿੱਦਾਂ ਕਹਿਣਗੇ ਭਾਜੀ ਉਦਾਂ ਹੀ ਬਣਾ ਦਨੇ ਆ ਆਪਾਂ ਠੀਕ ਹੈ ਜੀ ਮਤਲਬ ਤਸਵੀਰ ਛਾਪਣ ਵਾਲਾ ਕੰਮ ਕਰ ਦੋਗੇ ਜਮ ਹਾਂ ਇਹ ਭਾਈ ਛੋਟੇ ਗੇਟ ਤੇ ਹਨਾ ਦੇਖੋ ਜਿਵੇਂ ਕਈ ਵਾਰ ਗੱਡੀ ਤੇ ਆਉਂਦਾ ਬੰ ਤੇ ਦੇਖੂਗਾ ਤਾਂ ਪਹਿਲੀ ਗੱਲ ਤਾਂ ਨਾ ਕੋਠੀ ਦੀ ਨਹਾਰ ਹੀ ਬਦਲ ਜਾਂਦੀ ਹੈ ਨਾ ਇਹ ਚੀਜ਼ਾਂ ਨਾਲ ਤੇ ਇੱਕ ਬਈ ਗੱਲ ਹੋਰ ਕਰੀਏ ਆਪਾਂ ਹਾਂ ਜੀ ਅ ਜਿਵੇਂ ਤੁਸੀਂ ਦੱਸਿਆ ਖਰਚੇ ਦਾ ਵੀ ਹਾਂ ਜੀ ਤੇ ਇਹਦੇ ਹੋਰ ਕੀ ਫਾਇਦੇ ਨੇ ਬਈ ਹੋਰ ਭਾਜੀ ਬਸ ਉਹਨੂੰ ਦੱਸਿਆ ਸੀਗਾ ਤੇ ਬਾਕੀ ਠੰਡਾ ਰਹਿੰਦਾ ਹੀ ਇਹ ਚੀਜ਼ ਆ ਜੀ ਹਾਂ ਜੀ ਤੇ ਬਾਕੀ ਤਿਲਕਣ ਵਾਲਾ ਵੀ ਤਿਲਕਣ ਵਾਲੀ ਗੱਲ ਬਹੁਤ ਵੱਡੀ ਆ ਹਾਂ ਜੀ ਹਾਂ ਜੀ ਭਾਜੀ ਤਲਖਣਾਂ ਲਵੇਗਾ ਜੀ ਜਿੱਦਾਂ ਮਰਜ਼ੀ ਫਿਰੇ ਉਹ ਚ ਬੱਚੇ ਜਿਵੇਂ ਮਰਜ਼ੀ ਫਿਰ ਜਾਣ ਤਲਖਣਾਂ ਹਾਂ ਜਿਆਦਾਤਰ ਅੱਜ ਕੱਲ੍ਹ ਲੋਕ ਹੋਗੇ ਸੋਲ ਥੋੜੀ ਹਾਂਜੀ ਹਾਂਜੀ ਤੇ ਤੋਰੇ ਫੇਰੇ ਚ ਕਿਤੇ ਨਾ ਕਿਤੇ ਆਪਾਂ ਕਹਿੰਦੇ ਨਾ ਬਜ਼ੁਰਗ ਦੇ 6:00 ਵਜੇ ਗੋਡਾ ਟੁੱਟ ਗਿਆ ਜਾਂ ਆਪਣੇ ਬੱਚੇ ਵੀ ਜਦੋਂ ਮੀਂਹ ਪੈਂਦਾ ਤੇ ਨਹਾਉਂਦੇ ਕਰਦੇ ਨੇ ਇਹ ਜਿਵੇਂ ਆਪਣੇ ਪਹਿਲਾਂ ਟੈਲਾਂ ਲੱਗੀਆਂ ਹੁੰਦੀਆਂ ਸੀ ਉਹਦੇ ਵਾਂਗ ਆਗਾ ਤੇ ਇਹ ਚ ਡਿੱਗਣ ਨੂੰ ਕਰਨ ਦਾ ਵੀ ਖਤਰਾ ਮਤਲਬ ਸਾਰੇ ਚੀਜ਼ਾਂ ਦੇ ਫਾਇਦੀ ਫਾਇਦੇ ਨੇ ਕੋਈ ਵੀ ਨੁਕਸਾਨ ਵੀ ਹੈਗਾ ਨਹੀਂ ਨਹੀਂ ਭਾਜੀ ਕੋਈ ਨੁਕਸਾਨ ਨਹੀਂ ਇਹਦਾ ਜੀ। ਕੋਈ ਲੰਮੇ ਸਮੇਂ ਚ ਜਾ ਕੇ ਰੰਗ ਖਰਾਬ ਹੁੰਦਾ ਹੈ ਜਾਂ ਕੁਝ ਨਹੀਂ 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 ਆਪਣੀ ਗਰ ਜ਼ਿੰਮੇਵਾਰੀ ਹੈ ਜੀ ਜੀ। ਠੀਕ ਹੈ ਭਾਈ। ਇਹ ਫੁੱਲ ਭਾਈ ਕਿਵੇਂ ਬਣਾਇਆ ਇਹ? ਇਹ ਕੀ ਚੀਜ਼ ਆ ਗਈ? ਇਹ ਭਾਜੀ ਇਹਨਾਂ ਨੇ ਇਹਨਾਂ ਨੇ نیچے ਡਰਮ ਦੱਬਿਆ ਸੀਗਾ ਪਲਾਸਟਿਕ ਦਾ ਡਰਮ ਦੱਬਿਆ ਸੀ ਇੱਥੇ ਕਹਿੰਦੇ ਵੀ ਪੌਦਾ ਖੜਾ ਕਰਨਾ। ਅੱਛਾ ਹਾਂਜੀ ਜਿੱਦਾਂ ਕੋਈ ਦਰਖਤ ਵਗੈਰਾ ਲਾਉਣੇ ਆਪਾਂ ਉਦਾਂ ਦੀ ਉੱਥੇ ਡਿਜ਼ਾਈਨ ਬਣਾਉਂਦੇ ਨੇ। ਅੱਛਾ ਉਹਦੀ ਸਪੇਸ ਤੁਸੀਂ ਉੱਥੇ ਇਹ ਰੱਖਤੀ ਭਾਈ ਹਾਂਜੀ ਹਾਂਜੀ ਭਾਈ ਤੇ ਦੇਖੋ ਮਿੱਤਰੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਭਾਈ ਨੇ ਤੇ ਜਿਹੜੇ ਮ ਤੇ ਇੱਕ ਪੁਰਾਤਨ ਚੀਜ਼ ਆਪਾਂ ਬਣਾ ਕੇ ਲੁੱਕ ਵੀ ਦੇਣੀ ਆ ਜਿਵੇਂ ਕਿ ਕਈ ਵਾਰ ਬਈ ਇਹ ਵੀ ਹੁੰਦਾ ਨਾ ਜਦੋਂ ਡਾਟ ਲੱਗੀ ਉੱਪਰ ਵਾਲੇ ਡਿਜ਼ਾਈਨ ਮੰਨਾਲਿਆ ਇਸ ਤਰ੍ਹਾਂ ਨਾਲ ਉਹ ਤੁਸੀਂ ਜਮਾਂ ਸੇਮ ਟੂ ਸੇਮ ਇੱਥੇ ਬਣਾਉ ਆਇਆ ਲੱਗੂ ਵੀ ਉਹ ਤੇ ਛਾਂ ਪਹਿਰੀ ਆ ਹਾਂਜੀ ਹਾਂਜੀ ਤੇ ਬਹੁਤ ਵਧੀਆ ਬਾਈ ਦਾ ਕੰਮ ਕੀਤਾ ਹੋਇਆ ਤੇ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਜੇ ਕਿਸੇ ਮਿੱਤਰ ਨੇ ਕੰਮ ਕਰਾਉਣਾ ਹੋਇਆ ਤਾਂ ਜਰੂਰ ਕੰਟੈਕਟ ਕਰਿਓ ਤੇ ਮਾਲਕਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਘਰੇ ਬਾਈ ਦਾ ਕੰਮ ਚੱਲਦਾ ਹੈਗਾ ਤੇ ਉਹਨਾਂ ਤੋਂ ਵੀ ਡਿਟੇਲ ਜਾਣਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਬਾਈ ਜੀ ਬਹੁਤ-ਬਹੁਤ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਨਾ ਦਰਸ਼ਕਾਂ ਨੂੰ ਨਾਮ ਤੇ ਕਿਹੜੇ ਪਿੰਡ ਖੜੇ ਆਪਾਂ ਮੇਰਾ ਨਾਮ ਜੀ ਗੋਵਿੰਦ ਸਿੰਘ ਲਖੇਸਰ ਆ ਸਾਡੇ ਚਾਚਾ ਜੀ ਫੋਰਨ ਚ ਰਹਿੰਦੇ ਆ ਜੀ ਯੂਰਪ ਦਾ ਕੰਟਰੀ ਆ ਆਸਟਰੀਆ ਜੀ ਸਾਡਾ ਪਿੰਡ ਤਖਤੇ ਯਾਰਾ ਸਖਾਨ ਰਾਜਸਥਾਨ ਚ ਹੈ ਜੀ ਜ਼ਿਲ੍ਹਾ ਸ੍ਰੀ ਗੰਗਾ ਨਗਰ ਹੈ ਸਾਡਾ ਠੀਕ ਹੈ ਜੀ ਅੰਕਲ ਅਹੀ ਜਿੰਦਰ ਸਿੰਘ ਜੀ ਲਖੇਸਰ ਫੋਰਨ ਚ ਰਹਿੰਦੇ ਆ ਜੀ ਫੋਰਨ ਚ ਰਹਿੰਦੇ ਆ ਹਾਂ ਆਕਟਰੀ ਹੈ ਜੀ ਯੂਰੋਪ ਦਾ ਕੰਟਰੀ ਆ ਧੰਨਵਾਦ ਆ ਸੀ ਅੰਕਲ ਦੇ ਵੀ ਉਹਨਾਂ ਨੇ ਮਤਲਬ ਹਵੇਲੀ ਵੀ ਬਹੁਤ ਸੋਹਣੀ ਬਣਾਈ ਆ ਇਹਦੀ ਵੀਡੀਓ ਬਾਅਦ ਚ ਲੈ ਕੇ ਆਵਾਂ ਜਦੋਂ ਪੂਰੀ ਕੰਪਲੀਟ ਹੋ ਗਈ ਪਰ ਮੇਨ ਗੱਲ ਇਹ ਆ ਵੀ ਇੱਥੇ ਫਰਸ਼ ਵਗੈਰਾ ਆਪਾਂ ਕੋਈ ਮਰਜ਼ੀ ਲਾ ਲਈਏ ਪਰ ਉਹ ਇਹ ਰੀਸ ਨਹੀਂ ਕਰਦੀ ਇਹਦੀ ਉਹਨਾਂ ਨੇ ਸੋਚ ਰੱਖੀ ਆ ਨਾ ਵੀ ਮੈਂ ਇਸ ਤਰ੍ਹਾਂ ਦਾ ਲੈ ਕੇ ਆਉਂ ਹਾਂਜੀ ਹਾਂਜੀ ਜੀ ਇਹ ਆਪਣੇ ਅਸੀਂ ਫਰਸ਼ ਲਾਉਣਾ ਸੀ ਜੀ ਬਾਹਰ ਆ ਅੰਦਰ ਤਾਂ ਮਕਾਨ ਦਾ ਕੰਮ ਚੱਲ ਹੀ ਰਿਹਾ ਜੀ ਤੁਸੀਂ ਦੇਖ ਰਹੇ ਹੋ ਜੀ ਤੇ ਅਸੀਂ ਸਾਡਾ ਇਹ ਮਨ ਸੀ ਵੀ ਕੋਈ ਨਵੀਂ ਅਸੀਂ ਕੀ ਹੈ ਬਾਈ ਜੀ ਆਪਣੇ ਇੰਸਟਾਗ੍ਰਾਮ ਤੇ ਦੇਖਿਆ ਬਾਈ ਜੀ ਦਾ ਜੀ ਇਹਨਾਂ ਨੇ ਤੇ ਸਾਨੂੰ ਇਹ ਨਵੀਂ ਚੀਜ਼ ਲੱਗੀ ਜੀ ਇਹ ਸਾਡੇ ਰਾਜਸਥਾਨ ਚ ਤਾਂ ਮੇਰੇ ਇਲਾਕੇ ਜੇ ਗੰਗਾ ਨਗਰ ਜਿਲ੍ਹਾ ਹੈ ਜੀ ਸਾਡਾ ਇੱਥੇ ਤਾਂ ਸਾਡਾ ਮੈਂ ਪਹਿਲੀ ਵਾਰ ਹੀ ਹੈ ਜੀ ਠੀਕ ਹੈ ਜੀ ਬਾਈ ਨਾਲ ਕੰਟੈਕਟ ਹੋਇਆ ਬਾਈ ਜੀ ਨਾਲ ਸਰੂਜੀ ਜੀ ਨਾਲ ਜੀ ਪੰਜਾਬ ਤੋਂ ਆਏ ਹੈ ਜੀ ਇਹ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਕਿਉਂਕਿ ਉਹਨਾਂ ਦਾ ਕੰਮ ਚੱਲ ਰਿਹਾ ਸੀ ਪਰ ਇਹਨਾਂ ਦੀ ਅਸੀਂ ਵੇਟਿੰਗ ਕਰੀ ਜੀ ਅਸੀਂ ਅਖੇ ਵੀ ਚੀਜ਼ ਨਵੀਂ ਲਵਾਉਣੀ ਹੈ ਜੀ ਨਵੀਂ ਲਵਾਉਣੀ ਹੈ ਹਾਂ ਫਿਰ ਸਾਨੂੰ ਜਿਹਨਾਂ ਨੂੰ ਵੀ ਸ਼ਾਂਤੀ ਮਿਲਦੇ ਦੇ ਦੇਖਣ ਵਾਲੇ ਨੂੰ ਵੀ ਖੁਸ਼ੀ ਹਾਂਜੀ ਹਾਂਜੀ ਜੀ ਫਿਰ ਕੀ ਹੈ ਇਹ ਕਿ ਆ ਬਾਹਰਲਾ ਆਪਣਾ ਵਿਹੜਾ ਬੋਲ ਦਿੰਨੇ ਜਿਵੇਂ ਆਪਾਂ ਇੱਥੇ ਬੱਚੇ ਵੀ ਖੇਡਦੇ ਆ ਸਾਡੇ ਦਾਦਾ ਜੀ ਐ ਬਜ਼ੁਰਗ ਇਹੇ ਇਹ ਵੀ ਸਾਰ ਦਿਨ ਫਿਰਦੇ ਆ ਜਿਵੇਂ ਕੱਲ ਨੂੰ ਕੋਈ ਤੇਸਰ ਨਾਲ ਨਾ ਕੋਈ ਉਹ ਹੁਣ ਨਾ ਬਿਨਾਂ ਗੱਲ ਤੋਂ ਵੀ ਕਹਿੰਦੇ ਉਹ ਤਿਲਕਣ ਵਾਈ ਚ ਡਿੱਗ ਜਾਂਦਾ ਬੰਦਾ ਜਾਂ ਕੁਝ ਉਹ ਚੀਜ਼ਾਂ ਦਾ ਹੀ ਬੈਨੀਫਿਟ ਹੈ ਨਾ ਵੀ ਤੇ ਬਾਈ ਦਾ ਜਦੋਂ ਅਸੀਂ ਵੀਡੀਓ ਦੇਖੀ ਸਾਡੇ ਬਹੁਤ ਮਨ ਨੂੰ ਥੋੜਾ ਆ ਚੰਗਾ ਲੱਗਿਆ ਜੀ ਤੇ ਹੁਣ ਆਪਣੇ ਘਰੀ ਬਣੀ ਜਾਂਦਾ ਜੀ ਹੁਣ ਉਦੋਂ ਵੀ ਚੰਗਾ ਲੱਗਿਆ ਠੀਕ ਹੈ ਜੀ ਤੇ ਇੱਕ ਬਾਈ ਸਰਬਜੀਤ ਵੀ ਦੱਸ ਰਹੇ ਸੀਗਾ ਇੱਧਰ ਵੀ ਤੁਸੀਂ ਕਹਿੰਦੇ ਗੱਡੀ ਗੁੱਡੀ ਖੜਾਉਣ ਵਾਲੇ ਥਾਂ 'ਚ ਵੀ ਹੁਣ ਪੱਕਾ ਕਰਦੇ ਵੀ ਇੱਥੇ ਵੀ ਹੀ ਲਾਉਣਾ ਹਾਂ ਇੱਥੇ ਵੀ ਲਾਉਣਾ ਬਾਈ ਜੀ ਆਲਟਾ ਹੋਰ ਹੈਗੀਆਂ ਮਗਵਾਰਖੀਆਂ ਠੀਕ ਹੈ ਜੀ ਤੇ ਇਹ ਬਾਈ ਜੀ ਐਸੀ ਮੈਂ ਇੱਥੇ ਕੋਈ ਇਹੋ ਜਿਹਾ ਹੀ ਫੁੱਲ ਵਧੀਆ ਡਿਜ਼ਾਈਨ ਕੋਈ ਨਵਾਂ ਲਾ ਦੂੰਗਾ ਅੰਦਰ ਜੀ ਇਹ ਇੱਥੇ ਠੀਕ ਹੈ ਜੀ ਤੇ ਇਹ ਸਾਰਾ ਜੀ ਵਧੀਆ ਬਣ ਜੂ ਇਕਲ ਹੋ ਜੂ ਸਾਰਾ ਠੀਕ ਹੈ ਜੀ ਤੇ ਅੱਗੇ ਤਾਂ ਬਾਈ ਹਜੇ ਇਹ ਤੇ ਕੰਮ ਹੋਣਾ ਉਹ ਵੀ ਬਾਈ ਤੋਂ ਪਸ ਜਾਣਨਾ ਹੈ ਪਰ ਹੁਣੀ ਜਿਹੜੀ ਲੋਕ ਕਰੀ ਹੈਗੀ ਮਾਰਵਲ ਚਾਹੇ ਆਪਾਂ ਕਿੰਨਾ ਮਰਜੀ ਮਹਿੰਗਾ ਲਾ ਲਈਏ ਤੇ ਬਰਾਬਰ ਨਹੀਂ ਮਿਲਦਾ ਰੀਸ ਨਹੀਂ ਕਰ ਸਕਦਾ ਇਹਦਾ ਅਲੱਗ ਜੀ ਬਾਈ ਹੋ ਗਿਆ ਨਾ ਨਾਲੇ ਤਾਂ ਪਹਿਲੀ ਗੱਲ ਤਸਲ ਨਾਲਾ ਬਹੁਤ ਵੱਡਾ ਕੰਮ ਹੁੰਦਾ ਹੈ ਅਸੀਂ ਇਹ ਵੀ ਕਹ ਵੀ ਚੌਂਕੇ ਲਾ ਲਈਏ ਆਪਾਂ ਅੱਜ ਕੱਲ ਲੱਗਦੇ ਆ ਜੀ ਪਰ ਉਹਨਾਂ ਚ ਕੀ ਰੇਤਾ ਰੂਤਾ ਜੀ ਫਸ ਜਾਂਦਾ ਹੈ ਅਸੀਂ ਸਾਰੀ ਫੈਸਿਲਿਟੀ ਦੇਖ ਕੇ ਸਾਰਾ ਐਨ ਪੂਰਾ ਪੂਰਾ ਐਨ ਕੰਮ ਨੂੰ ਦੇਖ ਕੇ ਫਿਰ ਇਹ ਫਰਸ਼ ਦਾ ਸੀ ਡਿਸਾਈਡ ਕਰਿਆ ਜੀ ਠੀਕ ਹੈ ਜੀ ਇੱਕ ਬਾਈ ਖਰਚੇ ਦਾ ਜਿਵੇਂ ਬਾਈ ਸਰਬਜੀਤ ਨੇ ਵੀ ਦੱਸਿਆ ਖਰਚੇ ਦਾ ਫਰਕ ਹੈਗਾ ਜਿਵੇਂ ਤੁਸੀਂ ਮਾਰਬਲ ਦਾ ਵੀ ਰੇਟ ਪਤਾ ਹੀ ਕਰਿਆ ਹੁਣ ਹਾਂਜੀ ਖਰਚੇ ਦਾ ਤਾਂ ਫਰਕ ਹੈਗਾ ਜੀ ਇਹ ਤਾਂ ਵੈਸੇ ਦੇਖੋ ਸਾਡੇ ਇਹ ਇੱਟਾਂ ਮਿਲ ਗਈਆਂ ਲੋਕਲ ਸਾਡੇ ਸੰਗਰੀਏ ਕੋਲੇ ਪੱਠਾ ਹੈ ਜੀ ਜੀ ਇੱਥੋਂ ਮਿਲ ਗਈਆਂ ਜੀ ਉੱਥੋਂ ਮੰਗਵਾ ਕੇ ਇਹ ਬਾਈ ਨੇ ਕੱਟੀ ਕੂਟਿੰਗ ਕਰਤੀ ਖਰਚੇ ਦਾ ਫਰਕ ਤਾਂ ਹੈਗਾ ਜੀ ਠੀਕ ਹੈ ਬਾਈ ਜੀ ਹਾਂ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਬਹੁਤ ਸੋਹਣਾ ਤੁਸੀਂ ਕੰਮ ਕੀਤਾ ਹੈਗਾ ਤੇ ਸ਼ਾਰਟ ਲਾਈਨ ਦੀ ਕੋਸ਼ਿਸ਼ ਕਰੀਏ ਤਾਂ ਹਾਂ ਤੋਂ ਵੀ ਚੀਜ਼ ਸਪਸ਼ਟ ਵੀ ਦਿਖੇ ਤੇ ਇੱਕ ਵਜਨ ਇਹ ਪੁੱਛਣਾ ਸੀਗਾ ਹੁਣ ਇਹਦੇ ਵਿੱਚ ਕੀ ਕੀ ਮਤਲਬ ਮਸਾਲਾ ਪਾਣਾ ਤੇ ਕੀ ਰੰਗ ਕਿਹੜਾ ਕੋਈ ਵੀ ਰੰਗ ਕਰਵਾ ਸਕਦੇ ਆ ਉਹ ਥੋੜੀ ਜਾਣਕਾਰੀ ਹਾਂਜੀ ਹਾਂਜੀ ਭਾਜੀ ਇਹ ਨਾ ਮੰਨ ਲਓ ਵੀ ਮਾਲਕ ਦੀ ਮਰਜ਼ੀ ਹੈ ਜੀ ਕਲਰ ਜਿਹੜਾ ਮਰਜ਼ੀ ਭਰਾਲੋ ਇਹਦੇ ਵਿੱਚ ਇਹਦੇ ਵਿੱਚ ਵਾਈਟ ਭਰਨਾ ਜਿੱਥੇ ਮੰਨ ਲਓ ਵੀ ਜ਼ਿਆਦਾਗਾ ਉੱਥੇ ਜੇ ਆਪਾਂ ਕੱਲਾ ਵਾਈਟ ਪਾਵਾਂਗੇ ਨਾ ਤਾਂ ਉਹ ਟਰੇਡ ਖਾ ਜਾਂਦਾ ਜੀ ਠੀਕ ਹੈ ਜੀ ਹਾਂਜੀ ਜਿੱਦਾਂ ਇਹ ਹੁਣ 2.5 ਇੰਚ ਦੀ ੱਟਾ ਆਪਾਂ ਇੰਚ ਘਟਾਉਣ ਕਰਨਾ ਬਾਕੀ ਸਾਰੇ ਵਿੱਚ ਇਹ ਚਿੱਟਾ ਭਰਨਾ ਨੀਚੇ ਇਹ ਪਾਉਣਾ ਅਜਾ 2 ਇੰਚ ਤੱਕ ਮਸਾਲਾ ਉਹ 1 ਇੰਚ ਤੱਕ ਆਪਨਾ ਮਸਾ ਉਹ ਪੈ ਜੂਗਾ ਵਾਈਟ ਤੇ ਉਹਦਾ ਹਾਂਜੀ ਹਾਂਜੀ ਠੀਕ ਆ ਬਾਈ ਤੇ ਹਾਂ ਉਹ ਮਾਲਕ ਦੀ ਮਰਜ਼ੀ ਆ ਮੰਨ ਲਓ ਵੀ ਜਿੱਦਾਂ ਦਾ ਕਲਰ ਕਹਿੰਦੇ ਆ ਜਿਵੇਂ ਹੁਣ ਆ ਫੁੱਲ ਆਪਾਂ ਬਣਵਾ ਲੈ ਇੱਕ ਤਰ੍ਹਾਂ ਦਾ ਵੀ ਆਪਾਂ ਚਾਹਣੇ ਔਰ ਉਹ ਵੀ ਰੈੱਡ ਹੋਵੇ ਤੇ ਇੱਥੋਂ ਵਾਈਟ ਆ ਜਾਏ ਇੱਥੋਂ ਬਲੂ ਕਲਰ ਆ ਜਾਏ ਇੱਥੋਂ yellow ਆ ਜਾਏ ਮੰਨ ਲਓ ਉਹ ਤੁਸੀਂ ਸਾਰੇ ਕਲਰ ਜਿਵੇਂ ਵੀ ਆਪਾਂ ਸ਼ੇਡ ਚਾਹੀਦੇ ਉਹ ਸ਼ੇਡ ਦੇ ਦੋਗੇ ਹਾਂਜੀ ਹਾਂਜੀ ਤੇ ਹੈਗੇ ਆਪਣੇ ਲਵੇ ਭਾਜੀ ਫੋਟੋਆਂ ਤੁਹਾਨੂੰ ਮੈਂ ਅਸੈਂਡ ਕਰ ਦੇਣ ਉਹ ਆਪਾਂ ਸਕਰੀਨ ਤੇ ਲਾਵਾਂਗੇ ਭਾਈ ਤੋਂ ਫੋਟੋ ਲਾਵਾਂਗੇ ਹਾਂਜੀ ਉਹ ਅੱਗੇ ਇਹ ਸੈਟ ਹਰਾ ਭਰਿਆ ਗਿਆ ਬਹੁਤ ਵਧੀਆ ਲੁੱਕ ਬਾਅਦ ਚ ਰਗੜਾਈ ਹੋ ਗਈ ਉਹ ਇਦੋਂ ਵੀ ਵਧੀਆ ਲੁੱਕ ਲੱਗ ਰਹੀ ਠੀਕ ਹੈ ਜੀ ਤੇ ਭਾਈ ਇਹ ਲੌਂਗ ਟਰਮ ਚ ਇਹ ਰੰਗ ਕੋਈ ਫਿੱਟਦਾ ਜਾਂ ਕੋਈ ਨੀ ਨੀ ਭਾਈ ਨਹੀਂ ਨਹੀਂ ਰੰਗ ਵਾਲੀ ਤਾਂ ਕੋਈ ਟੈਨਸ਼ਨ ਹੀ ਨਹੀਂ ਗਈ ਰੰਗ ਨਹੀਂ ਫਿੱਟਦਾ ਜੀ ਉਸਮਿੰਟ ਦੇ ਵਿੱਚ ਜਿਹੜਾ ਆਪਣਾ ਵਾਈਟ ਸੀਮੈਂਟ ਆਈ ਉਹਦੇ ਵਿੱਚ ਮਿਕਸ ਹੁੰਦਾ ਜੀ ਟਟਾਣਾ ਤਾਂ ਕੋਈ ਚੱਕਰ ਹੀ ਨਹੀਂ ਤੇ ਇੱਥੋਂ ਭਾਈ ਜਦੋਂ ਆਪਾਂ ਜੇ ਕਹਿ ਦੀਏ ਬਾਦਰੇ ਤੇ ਵੀ ਆਪਾਂ ਇਹ ਹੀ ਲਾਵਾਂਗੇ ਬਾਹਰ ਨੂੰ ਕਿਧਰ ਨਹੀਂ ਨਹੀਂ ਭਾਈ ਇਹ ਉਹ ਕਿਹਾ ਸੀਗਾ ਭਾਈ ਜੀ ਨੂੰ ਉਹ ਕਹਿੰਦੇ ਵੀ ਪੱਥਰ ਲਾਉਣਾ ਜੀ ਕਹਿੰਦੇ ਇੱਧਰ ਠੀਕ ਆ ਆ ਚਲੋ ਉੱਥੇ ਦਾ ਫਿਰ ਵੀ ਪਤਾ ਕੀ ਆਈ ਭਾਈ ਜੀ ਨਾਲ ਨਾ ਲੇਟ ਗੱਲਬਾਤ ਹੋਈ ਆ ਉਹ ਇਹਨਾਂ ਨੇ ਸਾਰਾ ਕੁਝ ਹਲਿਆਰ ਗਿਆ ਤੇ ਇੱਧਰ ਲਈ ਗੱਡੀ ਵਾਲੀ ਸਾਈਡ ਕਹਿ ਰਹੀ ਸੀ ਇਹ ਵੀ ਪੱਥਰ ਮਂਗਾਇਆ ਹੋਇਆ ਹੈ ਜੀ ਉਹਨਾਂ ਦਾ ਠੀਕ ਹੈ ਜੀ ਇਹ ਕਹਿੰਦੇ ਚਲੋ ਆਪਾਂ ਵਾਪਸ ਕਰਦੇ ਹਾਂ ਪਰ ਕੰਮ ਇਹਨਾਂ ਨੂੰ ਪਸੰਦ ਆ ਗਿਆ ਵੀ ਅੰਦਰ ਵੀ ਇਹੀ ਲਾਉਣਾ ਅੰਦਰ ਵੀ ਕਹਿੰਦੇ ਇਹੀ ਲਾਉਣਾ ਜੀ ਠੀਕ ਆ ਭਾਈ ਜੀ ਹਾਂ ਬਾਕੀ ਇੰਨੇ ਕ ਕੰਮ ਵਾਸਤੇ ਹੀ ਬੁਲਾਇਆ ਸੀਗਾ ਮੈਨੂੰ ਠੀਕ ਆ ਭਾਈ ਜੀ ਹਾਂ ਜੀ ਭਾਈ ਜੀ ਭਾਈ ਨਾਲ ਗੱਲਬਾਤ ਕਰ ਸਕਦੇ ਧੰਨਵਾਦ ਬਾਈ ਜੀ ਥੈਂਕ ਯੂ ਬਾਈ ਜੀ ਜਿਵੇਂ ਬਾਈ ਸਰਬਜੀਤ ਨਾਲ ਤੇ ਬਾਈ ਨਾਲ ਗੱਲਬਾਤ ਕੀਤੀ ਤੇ ਫਰਸ਼ ਦਾ ਕੰਮ ਤਾਂ ਬਹੁਤ ਸੋਹਣਾਗਾ ਤੇ ਅੱਗੇ ਤੁਸੀਂ ਕੋਠੀ ਦਾ ਕੰਮ ਵੀ ਬਹੁਤ ਸੋਹਣਾ ਕੀਤਾ ਤੇ ਕੋਠੀ ਦਾ ਕੰਮ ਸਾਡਾ ਵਧੀਆ ਹੋਇਆ ਜੀ ਤੇ ਹਜੇ ਸਾਡਾ ਪੈਂਡਿੰਗ ਪਿਆ ਜੀ ਤੇ ਪੈਂਡਿੰਗ ਦੇ ਮੁਤਾਬਕ ਤੁਹਾਨੂੰ ਬਾਅਦ ਚ ਅਸੀਂ ਫੇਰ ਬੁਲਾਵਾਂਗੇ ਠੀਕ ਹੈ ਜੀ ਕੰਮ ਲੈ ਕੇ ਆਵਾਂਗੇ ਜਰੂਰ ਬਾਈ ਜਿੱਥੋਂ ਤੱਕ ਇਹ ਫਰਸ਼ ਦੀ ਗੱਲ ਆ ਜੀ ਬਾਈ ਫਰ ਸਾਡੇ ਬਹੁਤ ਵਧੀਆ ਪਸੰਦ ਆ ਜੀ ਜੀ ਤੇ ਮੁੰਡੇ ਨੇ ਬਹੁਤ ਸਰਬਜੀਤ ਸਿੰਘ ਨੇ ਬਹੁਤ ਵਧੀਆ ਸੋਹਣਾ ਕੰਮ ਕੀਤਾ ਜੀ ਠੀਕ ਹੈ ਜੀ ਤੇ ਬਾਕੀ ਕੁਲਮ ਲਾ ਕੇ ਸਾਡੇ ਇੱਥੇ ਇਸ ਤੋਂ ਪਹਿਲਾਂ ਜਿੰਨੀਆਂ ਕੋਈ ਵੀ ਕੰਮ ਹੋਏ ਆ ਉਹਨਾਂ ਚੇ ਕੰਮ ਨਹੀਂ ਹੋਇਆ ਜੀ ਠੀਕ ਹੈ ਜੀ ਤੇ ਨੈਟ ਵਗੈਰਾ ਤੇ ਦੇਖ ਦੂ ਕਿ ਤੇ ਫਿਰ ਇਸ ਨੂੰ ਇਹਦੇ ਨਾਲ ਕੰਟੈਕਟ ਕਰਕੇ ਠੀਕ ਹੈ ਜੀ ਫਿਰ ਇਹਨਾਂ ਨੂੰ ਬੁਲਾਇਆ ਗਿਆ ਠੀਕ ਹੈ ਜੀ ਤੇ ਭਾਈ ਤੁਸੀਂ ਤਾਂ ਇਹ ਕੰਮ ਚੋਂ ਕਿਉਂਕਿ ਤੁਹਾਡਾ ਠੇਕੇਦਾਰੀ ਦਾ ਕੰਮ ਨਾਲ ਹਾਂਜੀ ਇਹਦਾ ਰੇਡ ਰੂਟ ਦਾ ਤੁਸੀਂ ਜਿਵੇਂ ਦੇਖਿਆ ਹੋਊਗਾ ਫਰਕ ਪੈਂਦਾ ਭਾਈ ਦੂਸਰੇ ਨਾਲ ਬਿਲਕੁਲ ਬਿਲਕੁਲ ਜੀ ਮਾਰਬਲ ਨਾਲੋਂ ਜਾਂ ਹੋਰ ਚੀਜ਼ਾਂ ਨਾਲੋਂ ਫਰਕ ਤਾਂ ਪੈਂਦਾ ਹੀ ਹੈ ਜੀ ਅੱਜ ਕੱਲ ਕੋਈ ਗ੍ਰੇਨਾਈਟ ਦਾ ਰਿਵਾਜ ਆਇਆ ਖੜਾ ਤਾਂ ਗ੍ਰੇਨਾਈਟ ਤਾਂ ਵੈਸੇ ਹੀ 100 150 ਰੁਪਏ ਕ੍ਰੋਸ ਕਰਦਾ ਉਸ ਤੋਂ ਬਾਅਦ ਲਵਾਈ ਲੱਗੀ ਹੋਰ ਲੱਗੀ ਉਸ ਦੇ ਰੈਟ ਨਾਲੋਂ ਤਾਂ ਇਹਦਾ ਕਾਫੀ ਫਰਕ ਪੈਂਦਾ ਜੀ ਇਹ। ਰੇਡ ਦੇ ਨਾਲ ਨਾਲ ਨਾਲੇ ਸੋਹਣਾਪਣ ਕਹਿ ਦੀ ਆਪਾਂ ਹਨਾ। ਬਹੁਤ ਸੋਹਣਾ, ਬਾਕੀ ਫਿਸਲ ਨਹੀਂ ਹੈ ਜੀ। ਫਿਸਲ ਨਹੀਂ। ਸਭ ਤੋਂ ਵਧੀਆ ਬਾਰਸ਼ਪੂਰਸ਼ ਆਉਂਦਾ ਉਤੋਂ ਬਾਹਰ ਓਪਨ ਚ ਕੁਲਮ ਲਾ ਕੇ ਬਹੁਤ ਹੀ ਵਧੀਆ ਹੈ। ਹਾਂਜੀ। ਬਹੁਤ ਵਧੀਆ ਹੈ। ਇੱਕ ਜੇ ਹੁਣ ਬਾਈ ਦਾਦਾ ਜੀ ਕਹਿੰਦੇ ਵੀ ਟਾਇਲ ਵਾਲਾਂ ਦਾ ਹਰ ਕੋਈ ਕਹਿੰਦਾ ਵੀ ਕਈ ਕਮੈਂਟ ਵੀ ਕਰਨਗੇ ਮਿੱਤਰ। ਵੀ ਟਾਇਲ ਦਵਾਰੇ ਪੱਟੀ ਜਾਂਦੀ ਦਵਾਰੇ ਲੱਗ ਜੂਗੀ। ਪਰ ਟਾਇਲ 'ਚ ਜੋ ਮਿੱਟੀ ਫਸਦੀ ਹੈ ਉੱਪਰ ਜਿੰਨਾ ਮਰਜੀ ਤੁਸੀਂ ਸਪਾਈ ਕਰ ਲਓ ਜੀ ਮਿੱਟੀ ਰਹਿਣੀ ਰਹਿਣੀ ਆ ਪਾਣੀ ਦੀ ਵੈਸਟ ਦੇਖੋ ਉਹ ਜਿਹੜੀ ਟਾਇਲ ਦਾ ਕੰਮ ਆ ਉਹ ਅਲੱਗ ਚੀਜ਼ ਹੈ ਜੀ ਜਿਹਨੇ ਮਤਲਬ ਥਡੇ ਰਾਜਸਥਾਨ ਆ ਇੱਥੇ ਹਲਕਾ ਮਾੜਾ ਮੋੜਾ ਜਿੰਨੋਂ ਵੀ ਹਲਕੀ ਹਵਾ ਆਉਂਦੀ ਆ ਤਾਂ ਵੀ ਮੇਰੇ ਨਾਲ ਰੇਤਾ ਹੁੰਦਾ ਰੇਤਾ ਹੁੰਦਾ ਇਸ ਕਰਕੇ ਸਾਨੂੰ ਜੋ ਮਤਲਬ ਜੋ ਇਹਦੀ ਅੱਜ ਇਹ ਚੀਜ਼ ਹੈ ਨਾ ਉਹ ਟਾਇਲ ਨਹੀਂ ਪੂਰੀ ਕਰ ਸਕਦੀ ਠੀਕ ਆ ਜੀ ਹਾਂਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਅਗੇ ਅਗਲੀ ਵਾਰ ਮਿਲਾਂਗੇ ਕੋਠੀ ਕੰਪਲੀਟ ਕਰੋ ਤੁਸੀਂ ਕਰਵਾਓ ਤੁਹਾਡੇ ਨੂੰ ਜਰੂਰ ਆਪਾਂ ਦਰਸ਼ਕ ਵੀਰਾਂ ਨੂੰ ਦਿਖਾਵਾਂਗੇ ਬਿਲਕੁਲ ਬਿਲਕੁਲ ਬੁਲਾਵਾਂਗੇ ਧੰਨਵਾ